ਜਿਹੜੇ ਸਟੋਕ ਆ ਜਿਹੜੀ 96 ਸਟੋਕਾਂ ਨੇ ਇੱਕ ਮਿੰਟ ਦੇ ਵਿੱਚ ਜਿਹੜੀ ਠੋਸ ਗੱਠ ਬਣਦੀ ਹੈ 19 ਸਾਈਜ਼ ਦੇ ਵਿੱਚ, ਮਤਲਬ ਜਿੰਨਾ ਸਾਈਜ਼ ਆਪਣਾ ਗੱਠ ਦਾ ਹੁੰਦਾ 19 ਸਾਈਜ਼ 'ਚ ਨੋਰਮਲ ਬੇਲਰ ਨਾਲੋਂ ਇਹਦਾ 3-4 ਕਿਲੋ ਵਜ਼ਨ ਵੱਧ ਹੋਊ ਆਪਣੇ ਗੱਠ ਦਾ। ਉਹਦੇ ਨਾਲ ਟੋਆ ਟਵਾਈ, ਹਾਂ ਟੋਆ ਟਵਾਈ 19 ਆ ਜੀ, ਮਤਲਬ 5-6 ਗੇੜਿਆਂ ਪਿੱਛੇ ਇੱਕ ਗੇੜਾ ਵੱਜ ਜਾਂਦਾ ਜੀ ਫਾਰਮਰ ਦਾ। ਉਹਦੇ ਕੋਲ ਤੇਲ ਦੀ ਬੱਚਤ ਹੋ ਗਈ, ਤੇਲ ਦੀ ਹੋ ਗਈ, ਲੇਬਰ ਬਚ ਗਈ, ਸਾਰਾ ਕੁਝ। ਸਾਰਿਆਂ ਨੂੰ ਸੋਚਣਾ ਪੈਣਾ, ਸਾਰਾ ਕੁਝ ਮਸ਼ੀਨਰੀ ਵਾਲਿਆਂ ਨੂੰ ਵੀ ਸੋਚਣਾ ਪੈਣਾ ਕਿਸਾਨ ਦਾ ਭਲਾ ਕਿਵੇਂ ਹੋਵੇ।